ਆ ਜਾਓ ਇੱਥੇ ਆ ਗਿਆ ਇੱਥੇ ਆ ਜਾਓ ਆ ਗਿਆ ਆ ਗਿਆ ਹੈਗਾ ਉੱਥੇ ਤਾਂ ਆ ਰਿਹਾ ਦੇ ਰਿਹਾ ਸਾਰਾ ਉਧਰੋਂ ਸ਼ੁਰੂ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਕੱਠੇ ਹੋਏ ਹਾਂ ਅਤੇ ਅੱਜ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਯਾਦ ਵਿੱਚ ਅਸੀਂ ਰਲ ਕੇ ਇੱਕ ਸੰਘਰਸ਼ ਕਮੇਟੀ ਬਣਾਈ ਹੈ। ਇਸ ਸੰਘਰਸ਼ ਕਮੇਟੀ ਦਾ ਕੰਮ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਪ੍ਰਚਾਰ ਪੰਜਾਬ ਵਿੱਚ ਕਰਨਾ ਹੋਵੇਗਾ ਅਤੇ ਸਾਰੇ ਸਿੱਖ ਸੰਗਤ ਵਿੱਚ ਇਹ ਦੱਸਿਆ ਜਾਵੇਗਾ ਕਿ ਬਾਬਾ ਜੀ ਦੀ ਕੀ ਕੁਰਬਾਨੀ ਹੈ ਅਤੇ ਉਹਦਾ ਸਿੱਖ ਇਤਿਹਾਸ ਵਿੱਚ ਕੀ ਮਹੱਤਵ ਹੈ। ਦੂਸਰਾ, ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਾਂਗੇ ਅਤੇ ਸੰਘਰਸ਼ ਕਰਾਂਗੇ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਬਾਬਾ ਜੀ ਦੇ ਨਾਂ 'ਤੇ ਇੱਕ ਗੁਰਦੁਆਰੇ ਦੀ ਤਾਮੀਰ ਹੋਵੇ, ਜਿਸ ਨੂੰ SGPC ਬਣਾਵੇ ਤਾਂ ਜੋ ਬਾਬਾ ਜੀ ਦਾ ਇਤਿਹਾਸ ਸਾਰੇ ਜੱਗ ਵਿੱਚ ਪਤਾ ਲੱਗ ਸਕੇ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਬਾਬਾ ਜੀ ਦਾ ਸੀਸ ਆਇਆ ਸੀ ਅਤੇ ਉਸ ਸੀਸ ਦਾ ਸੰਸਕਾਰ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ ਅਤੇ ਸਾਰੇ ਉਸ ਇਤਿਹਾਸ ਬਾਰੇ ਲੋਕਾਂ ਨੂੰ ਪਤਾ ਲੱਗੇ ਕਿ ਚਮਕੌਰ ਦੀ ਲੜਾਈ ਵਿੱਚ ਬਾਬਾ ਜੀ ਦਾ ਕੀ ਯੋਗਦਾਨ ਸੀ। ਵਾਹਿਗੁਰੂ ਜੀ ਕਾ ਖਾਲਸਾ। ਇਹ ਜਿਹੜਾ ਸੀਸ ਦਾ ਸੰਸਕਾਰ ਹੋਇਆ ਅਤੇ ਧੜ ਦਾ ਕਿਹੜੀ ਜਗ੍ਹਾ 'ਤੇ ਸੰਸਕਾਰ ਹੋਇਆ ਸੀ ਜੀ, ਇਹਦੇ ਬਾਰੇ? ਇਹਦੇ ਬਾਰੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਹਾਂਗੇ ਕਿ ਉਹ ਆਪਣੇ ਸੋਰਸਾਂ ਰਾਹੀਂ ਪਤਾ ਕਰਨ ਕਿ ਐਗਜੈਕਟ ਜਗ੍ਹਾ ਕੀ ਹੈ। ਪਰ ਅਸੀਂ ਕਈ ਸਾਲਾਂ ਤੋਂ ਜੋ ਅਸੀਂ ਦੇਖਦੇ ਆ ਰਹੇ ਹਾਂ, ਉਹ ਰੇਲਵੇ ਫਾਟਕ ਦੇ ਨਾਲ ਇੱਕ ਜਗ੍ਹਾ ਹੈ ਜਿੱਥੇ ਇੱਕ ਜਗ੍ਹਾ ਬਣੀ ਹੋਈ ਹੈ, ਪੁਰਾਣੀ ਇਮਾਰਤ ਹੈ, ਅਤੇ ਅਸੀਂ ਸਾਰੇ, ਸਾਨੂੰ ਦੱਸਿਆ ਗਿਆ ਸਾਡੇ ਬਜ਼ੁਰਗਾਂ ਨੇ ਕਿ ਇਹ ਉਹ ਜਗ੍ਹਾ ਹੈ ਜਿੱਥੇ ਸੀਸ ਦਾ ਸੰਸਕਾਰ ਹੋਇਆ ਸੀ। ਅਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਇਹ ਬੇਨਤੀ ਕਰਾਂਗੇ ਕਿ ਇਹਦੀ ਔਥੈਂਟਿਸਿਟੀ ਅਤੇ ਉਹ ਪਤਾ ਕਰਨ ਅਤੇ ਪਤਾ ਕਰਕੇ ਉਸ ਸਥਾਨ 'ਤੇ, ਸਾਡੀ ਮੰਗ ਹੈ ਕਿ ਉਸੇ ਸਥਾਨ 'ਤੇ ਗੁਰਦੁਆਰਾ ਬਣੇ। ਥੈਂਕ ਯੂ।